ਹੈਲੋ ਸਤਿ ਸ੍ਰੀ ਅਕਾਲ ਮੈਂ ਹਰਜੋਤ कौर ਤੇ ਮੇਰੇ YouTube ਚੈਨਲ ਤੇ ਸਾਰੇ ਦਰਸ਼ਕਾਂ ਦਾ ਸਾਰੀ ਫਰੈਂਡਸ ਆਇ ਪਰਫੈਕਟ ਹੋ ਵੈਲਕਮ ਹੈ ਜੀ ਤੇ ਅੱਜ ਤੁਸੀਂ ਦੇਖ ਰਹੇ ਹੋਣੇ ਕਿ ਮੈਂ ਮਾਸਕ ਲਗਾ ਕੇ ਕਿਉਂ ਬੈਠੀ ਆ ਵੀ ਐਜੀ ਕੀ ਗੱਲ ਹੋ ਗਈ ਅ ਐਕਚੁਅਲੀ ਅ ਅੱਜ ਮੈਂ ਤੁਹਾਨੂੰ ਆਪਣੀ ਇਸ ਵੀਡੀਓ ਦੇ ਜ਼ਰੀਏ ਘਰ ਦੇ ਵਿੱਚ ਹੀ ਕਿਸੇ ਵੀ ਕਾਟਨ ਦੇ ਕੱਪੜੇ ਦੇ ਨਾਲ ਮਾਸਕ ਬਣਾਉਣਾ ਸਿਖਾਉਂਗੀ ਇਹ ਮੈਂ ਘਰ ਵਿੱਚ ਹੀ ਬਣਾਇਆ ਹੋਇਆ ਮਾਸਕ ਹੈ ਕਾਟਨ ਦੇ ਕੱਪੜੇ ਦਾ 마스크 ਬਣਾਇਆ ਸੀ ਬਾਜ਼ਾਰ ਵਿੱਚੋਂ ਦੇਖਦੇ ਆ ਜੋ ਸੀ 마스크 ਅਵੇਲੇਬਲ ਹੁੰਦੇ ਆ ਮਾਰਕੀਟ ਦੇ ਵਿੱਚ ਗਰਮੀ ਦੇ ਕਰਕੇ ਉਹਦੇ ਵਿੱਚ ਸਾਹ ਲੈਣਾ ਹੈ ਗੱਲ ਕਰਨਾ ਹੈ ਮਾਰਕੀਟ ਜਾਣਾ ਗਰਮੀ ਦੇ ਵਿੱਚ ਔਖਾ ਲੱਗਦਾ ਹੈ ਸੋ ਅਸੀਂ ਘਰ ਦੇ ਵਿੱਚ ਆਰਾਮ ਦੇਣਾ ਕਿਸੇ ਵੀ ਕੋਈ ਵੀ ਪੁਰਾਣੀ ਟੀ-ਸ਼ਰਟ ਕੋਈ ਤੁਹਾਡਾ ਸੂਟ ਜਾਂ ਇੱਕ ਸ਼ਰਟ ਹੋਵੇ ਉਸ ਕਾਟਨ ਦੇ ਕੱਪੜੇ ਦੇ ਨਾਲ ਕੀ ਵੀ ਈਜ਼ੀਲੀ ਬਣਾ ਸਕਦੇ ਆ ਇਹ ਇਸ ਤਰੀਕੇ ਦਾ ਇਹ ਘਰ ਬਣਾਇਆ ਹੋਇਆ ਹੈ ਇਹ ਵੀ ਅਸੀਂ ਜੋ ਘਰੇ ਟੀ-ਸ਼ਰਟ ਦੇ ਕੱਪੜੇ ਦੇ ਨਾਲ ਉਸ ਕਾਟਨ ਦੇ ਕੱਪੜੇ ਨਾਲ ਬਣਾਇਆ ਹੈ ਤੇ ਤੁਹਾਨੂੰ ਅੱਜ ਦੱਸਾਂਗੇ ਇਹ ਕਿਵੇਂ ਬਣਾਈਦਾ ਬਹੁਤ ਈਜ਼ੀ ਹੈ 5 ਮਿੰਟਾਂ ਦੀ ਗੱਲ ਹੈ ਸਾਰੀ ਪਰ ਜਿਨ੍ਹਾਂ ਨੇ ਹੁਣ ਤੱਕ ਵੀ ਹਰਜੋਤ ਕੋਰ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਫਟਾਫਟ ਸਬਸਕ੍ਰਾਈਬ ਕਰ ਲਓ ਨਾਲ ਦੀ ਨਾਲ ਜੋ ਸਾਈਡ ਤੇ ਬੈਲ ਆਈਕਨ ਆਏਗਾ ਉਸ ਨੂੰ ਵੀ ਜ਼ਰੂਰ ਦਬਾ ਦੇਣਾ ਤਾਂ ਕਿ ਤੁਹਾਨੂੰ ਮੇਰੀ ਹੋਰ ਵੀਡੀਓਜ਼ ਦੀ ਜੋ ਨੋਟੀਫਿਕੇਸ਼ਨ ਹੈ ਹਮੇਸ਼ਾ ਟਾਈਮਲੀ ਮਿਲਦੀ ਰਹੇ ਤੇ ਆਓ ਮੈਂ ਤੁਹਾਨੂੰ ਬਣਾਉਣਾ ਸिखਾਨੀ ਆ ਘਰ ਦੇ ਵਿੱਚ ਹੀ ਇਹ ਕਾਟਨ ਦਾ ਮਾਸਕ ਸ ਤੋ ਪਹਿਲਾਂ ਕਪੜਾ ਲੈ ਕੇ 19 ਸੈਂਟੀਮੀਟਰ ਔਰ 18 ਸੈਂਟੀਮੀਟਰ ਮਿੰਕੇ ਸਾਈਡ ਤੋਂ ਉਸ ਨੂੰ ਕਟਿੰਗ ਕਰ ਲਓ ਉਸ ਦੀ ਫਿਰ ਤੁਮੈਂ ਦੱਸ ਦਿੰਦੀ ਆ ਕਿ 19 ਸੈਂਟੀਮੀਟਰ ਚੌੜਾਈ ਔਰ 18 ਸੈਂਟੀਮੀਟਰ ਲੰਬਾਈ ਦੇ ਵਿੱਚ ਕੱਟ ਕੇ ਔਰ ਉਸ ਤੋਂ ਬਾਅਦ ਸਿੱਧੇ ਵਾਲੇ ਦੋ ਕਿਉਂਕਿ ਅਸੀਂ ਪੋਰਸ਼ਨ ਕੱਟੇ ਨੇ ਦੋ ਲੇਅਰਸ ਹੋਣਗੀਆਂ ਤਾਂ ਅੱਗੇ ਔਰ ਪਿੱਛੇ ਬੈਕ ਸਾਈਡ ਕਰਕੇ ਅਸੀਂ ਸਾਈਡ ਤੋਂ 1 ਸੈਂਟੀਮੀਟਰ ਦਾ ਫਰਕ ਪਾ ਕੇ ਇਸ ਨੂੰ ਸੀਨ ਲਗਾ ਲਾਂਗੇ ਚਾਹੇ ਤਾਂ ਅਗਰ ਤੁਹਾਡੇ ਘਰ ਵਿੱਚ ਅਗਰ ਸੇਨ ਵਾਲੀ ਕਪੜੇ ਸੇਨ ਵਾਲੀ ਮਸ਼ੀਨ ਹੈ ਤਾਂ ਤੁਸੀਂ ਉਹਦੇ ਨਾਲ ਸੇਨ ਲਗਾ ਸਕਦੇ ਹੋ ਦੇਖੋ ਇਸ ਤਰੀਕੇ ਨਾਲ ਜਿਵੇਂ ਮਾਰਕ ਕਰ ਲਿਆ ਅਗਰ ਮਾਰਕ ਨਹੀਂ ਕਰ ਸਕਣਾ ਤਾਂ ਵੀ ਨਾਰਮਲੀ ਅਗਰ ਤੁਹਾਨੂੰ ਆਦਤ ਹੈ ਇਸ ਸਿੰਪਲ ਸੇਨ ਲਗਾ ਸਕਦੇ ਹੋ ਪਰ ਜੇ ਤੁਸੀਂ ਸੂਈ ਤਾਂ ਅਗੇ ਨਾਲ ਕਰਨਾ ਹੈ ਤਾਂ ਇੱਕ ਇਸ ਤਰੀਕੇ ਨਾਲ ਨਿਸ਼ਾਨ ਲਗਾ ਲਓ ਤਾਂ ਕਿ ਤੁਹਾਨੂੰ ਈਜ਼ੀ ਰਹੇ ਸੋ ਧਿਆਨ ਰੱਖਣਾ ਹੈ ਕਿ ਅਸੀਂ ਕਪੜੇ ਨੂੰ ਫੋਲਡ ਕੀਤਾ ਪੁੱਠਾ ਪਾਸਾ ਉੱਪਰ ਨੂੰ ਕੀਤਾ ਤਾਂ ਕਿ ਜਦੋਂ ਅਸੀਂ ਸੇਨ ਮਾਰ ਕੇ ਕਰਾਂਗੇ ਫਿਰ ਉਹ ਫੋਲਡ ਕਰਾਂਗੇ ਤਾਂ ਸਿੱਧਾ ਹੋ ਜਾਏਗਾ ਸੋ ਇਹ ਦੋ ਪਾਸੇ ਤੋਂ ਅਸੀਂ ਬੰਦ ਕਰਕੇ ਲੰਬਾਈ ਵਾਲੇ ਪਾਸੇ ਤੋਂ ਅਸੀਂ ਇਸ ਨੂੰ ਸੀਨ ਮਾਰ ਦਾਂਗੇ। ਔਰ ਚਾਹੇ ਅਗਰ ਤੁਹਾਡੇ ਕੋਲ ਸੀਨ ਕਪੜੇ ਸੀਣ ਵਾਲੀ ਮਸ਼ੀਨ ਨਹੀਂ ਹੈ ਤਾਂ ਤੁਸੀਂ ਹੱਥ ਨਾਲ ਯਾਨੀ ਸੂਈ ਧਾਗੇ ਨਾਲ ਵੀ ਇਸ ਨੂੰ ਸੀ ਸਕਦੇ ਹੋ। ਸੋ ਤੁਸੀਂ ਦੇਖ ਰਹੋ ਇਹ ਸੀਨ ਲਗਾ ਦਿੱਤੀ ਐ ਅਸੀਂ। ਔਰ ਜਦੋਂ ਦੋ ਪਾਸੇ ਤੁਸੀਂ ਇਹਨਾਂ ਲੱਗ ਜਾਏਗੀ ਉਸ ਤੋਂ ਬਾਅਦ ਅਸੀਂ ਇਸ ਨੂੰ ਸਿੱਧਾ ਵੀ ਕਰਾਂਗੇ ਕੱਪੜੇ ਨੂੰ ਸਿੱਧਾ ਕਰਕੇ ਨੈਕਸਟ ਅੱਗੋਂ ਕਿਵੇਂ ਬਣਾਣਾ ਫਿਰ ਮੈਂ ਦੱਸਾਂਗੀ ਫਿਲਹਾਲ ਅਗਰ ਤੁਹਾਨੂੰ ਸਮਝ ਨਹੀਂ ਆਵੇ ਤਾਂ ਤੁਸੀਂ ਬੈਕ ਕਰਕੇ ਫਿਰ ਸਮਝ ਲਓ ਕਿਉਂਕਿ ਨਾਲ-ਨਾਲ ਹੀ ਪੁਆਇੰਟ ਕਲੀਅਰ ਹੋਏਗਾ ਤਾਂ ਹੀ ਤੁਸੀਂ ਇਸ ਨੂੰ इजीली ਬਣਾ ਸਕੋਗੇ ਅਗਰ ਕਿਤੇ ਕੁਝ ਸਮਝ ਨਹੀਂ ਵੀ ਆਦਾ ਕਮੈਂਟ ਕਰਕੇ ਪੁੱਛ ਸਕਦੇ ਹੋ ਹੁਣ ਇਸ ਤੋਂ ਬਾਅਦ ਅਸੀਂ ਇਸ ਨੂੰ ਸਿੱਧਾ ਕਰ ਲਿਆ ਸੀ ਔਰ ਪ੍ਰੈਸ ਦੇ ਨਾਲ ਅਸੀਂ ਇੱਕਦਮ ਜੋ ਸੀਨਾ ਨੇ ਸਾਈਡ ਦੀਆਂ ਜੋ ਅਸੀਂ ਸੀਨ ਮਾਰਕਟ ਹੈ ਉਸ ਨੂੰ ਸੈੱਟ ਕਰ ਲਾਂਗੇ ਔਰ ਇੱਥੇ ਪੁਆਇੰਟ ਦੇਖ ਲਓ ਹੁਣ ਇਹ ਅਸੀਂ ਇੱਥੇ ਮਾਰਕ ਲਗਾ ਰਹੇ ਹਾਂ ਪਹਿਲਾਂ 3 ਸੈਂਟੀਮੀਟਰ ਤੇ ਆਹ ਹੁਣ 4 ਸੈਂਟੀਮੀਟਰ ਤੇ ਉਸ ਤੋਂ ਬਾਅਦ ਫਿਰ 3 ਸੈਂਟੀਮੀਟਰ ਤੇ ਔਰ ਫਿਰ चार सेंटीमीटर थे ये पूरा माप के चाहे तो दोए प दोवें पासे फिर सामने साइड भी तुम निशान लगा लो नहीं तो इसी तरीके इस डाक कर लो पहला तीन सेंटीमीटर थे फिर चार सेंटीमीटर फिर तीन सेंटीमीटर और फिर चार सेंटीमीटर से हूँ असी इस जोड़े निशान लगाए ने इतों इतों फोल्ड करा क्योंकि असं लेयरस बना रहे हैं, मास्क की और यद क्रीज़ बनावे प्रेस दे नाल। ताकि जो असी तो इस फिर तो सीना है तो यदि क्रीज़ बनी होएगी बिल्कुल एक हिसाब न पूरा सही तरीके बनेगा कोई इस तरह नहीं लगेगा कि कोई पूरा सही बैलेंसड नहीं है या क्रीज़ बनी होएगी तो एकदम सोहना लगता घर की बनी हुई चीज़ भी एकदम ऐ लगेगी कि जिम्मे असी बाज़ार लैके आए हैं सी है। देखो जिन्हें असी मार्क्स लगाए तीन सेंटीमीटर से चार सेंटीमीटर से फिर तीन और फिर चार उत्थे उथे असी हम पूरे मार्क्स प्रेस दे क्रीज़ बना ला इस तरह न ਬਹੁਤ ਹੀ ਈਜ਼ੀ ਤਰੀਕਾ ਹੈ ਘਰ ਦੇ ਵਿੱਚ ਹੀ ਆਸਾਨੀ ਦੇ ਨਾਲ ਕੇਵਲ ਬੱਚਾ ਦੀ ਕੋਈ ਕਾਟਨ ਦੀ ਫਰੌਕ ਪਈ ਹੁੰਦੀ ਹੈ ਕੋਈ ਸ਼ਰਟ ਹੁੰਦੀ ਹੈ ਤੁਹਾਡੀ ਇਹ ਵੀ ਅਸੀਂ ਇੱਕ ਕਾਟਨ ਦਾ ਟੌਪ ਪਿਆ ਸੀ ਜੋ ਉਸੇ ਨੂੰ ਯੂਜ਼ ਕਰ ਰਹੇ ਹਾਂ ਬਹੁਤ ਈਜ਼ੀ ਗਰਮੀਆਂ ਦੇ ਵਿੱਚ ਈਜ਼ੀ ਰਹਿੰਦਾ ਬਾਕੀ ਬਾਜ਼ਾਰ ਦੇ ਜਿੰਨੇ ਵੀ ਮਾਸਕ ਹੁੰਦੇ ਉਹਦੇ ਵਿੱਚ ਬਹੁਤ ਗਰਮੀ ਲੱਗਦੀ ਹੈ ਔਰ ਇਹ ਈਜ਼ੀ ਖੁੱਲੇ ਡੁੱਲੇ ਬੰਨਦੇ ਨੇ ਗਰਮੀ ਵੀ ਨਹੀਂ ਲੱਗਦੀ કોટਨ ਦੇ ਨੇ ਵੈਸੇ ਵੀ ਅੱਛਾ ਹੈ ਵਾਸ਼ੇਬਲ ਵੀ ਨੇ ਔਰ ਦੇਖਣ ਨੂੰ ਵੀ ਪਾਇ ਹੋਏ ਸੋਹਣੇ ਲੱਗਦੇ ਹੁਣ ਦੇਖੋ ਆ ਕ੍ਰੀਜ਼ ਬਣ ਚੁੱਕੀ ਹੈ ਤੁਸੀਂ ਦੇਖ ਪਾ ਰਹੇ ਹੋ ਹੁਣ ਅਸੀਂ ਇਸ ਨੂੰ ਦੇਖੋ ਧਿਆਨ ਨਾਲ ਤੁਸੀਂ ਦੇਖ ਲੈਣਾ ਇਸ ਤਰੀਕੇ ਨਾਲ ਇਸ ਲੇਅਰਸ ਨੂੰ ਸੈੱਟ ਕਰਾਂਗੇ ਪਲੇਟਸ ਇਸ ਦੀਆਂ ਇਸ ਤਰੀਕੇ ਨਾਲ ਸੈੱਟ ਹੋ ਗਈਆਂ ਬਿਲਕੁਲ ਹੁਣ ਅਸੀਂ ਇਸ ਨੂੰ ਪ੍ਰੈਸ ਦੇ ਨਾਲ ਚੰਗੀ ਤਰ੍ਹਾਂ ਹੋਰ ਸੈੱਟ ਕਰ ਦਾਂਗੇ ਤਾਂ ਕਿ ਜੋ ਤੁਸੀਂ ਸਿਲਾਈ ਕਰਨੀ ਹੈ ਇਜ਼ੀ ਚਾਹੇ ਮਸ਼ੀਨ ਦੇ ਨਾਲ ਚਾਹੇ ਹੱਥ ਨਾਲ ਤੁਸੀਂ ਕਰੋ ਤਾਂ ਬਿਲਕੁਲ ਵੀ ਬਿਲਕੁਲ ਹੀ ਕਲੀਅਰ ਆਵੇ ਸਾਰਾ ਕੁਝ ਉਹਨੇ ਪਲੇਟਸ ਜੋ ਹੈ ਬਿਲਕੁਲ ਸੈਟਿਸਫਾਈ ਕਰਨ ਨਾਲ ਪਾ ਦਿੱਤੀਆਂ ਆਪਾਂ ਤੇ ਹੁਣ ਅਸੀਂ ਤੁਸੀਂ ਸਾਈਡ ਤੇ ਮਿਣਕੇ ਜਿੰਨੀ ਉਸ ਦੀ ਲੰਬਾਈ ਬਣਦੀ ਹੈ ਇਸ ਨੂੰ ਇੱਥੇ ਰੱਖ ਕੇ ਸੀਨ ਲਗਾਵਾਂਗੇ ਦੋਨੋਂ ਪਾਸਿਆਂ ਤੋਂ ਤੁਸੀਂ ਹੱਥ ਨਾਲ ਵੀ ਇਸ ਦੀ ਸिलाई ਕਰ ਸਕਦੇ ਹੋ ਸੂਈ ਧਾਗੇ ਨਾਲ ਮੈਂ ਇੱਥੇ ਸिलाई ਮਸ਼ੀਨ ਦੇ ਨਾਲ ਕਰ ਰਹੀ ਆਂ ਇਥੇ ਵੀ ਪੂਰਾ ਸਫਾਈ ਨਾਲ ਕੰਮ ਜ਼ਰੂਰ ਕਰੋ ਕਿਉਂਕਿ ਅਸੀਂ ਫੇਸ ਤੇ ਲਗਾਣਾ ਮਾਸਕਸ ਤਾਂ ਬਿਲਕੁਲ ਲੱਗਿਆ ਹੋਣਾ ਚਾਹੀਦਾ ਕਿ ਸਾਫ਼ ਸੁਥਰਾ ਵਧੀਆ ਹੈ ਸਿਲਾਈ ਵਿੱਚ ਬਿਲਕੁਲ ਵੀ ਗਲਤੀ ਨਹੀਂ ਹੋਣੀ ਚਾਹੀਦੀ ਪਹਿਲਾਂ ਅਸੀਂ ਪੁੱਠਾ ਰੱਖ ਕੇ ਕੱਪੜੇ ਨੂੰ ਇਸ ਨੂੰ ਕੀਤਾ ਸੀ ਸੈੱਟ ਹੁਣ ਚੰਗੀ ਤਰੀਕੇ ਨਾਲ ਅਸੀਂ ਫੋਲਡ ਕਰਕੇ ਇਧਰੋਂ ਵੀ ਸੀਨ ਲਗਾ ਲਾਂਗੇ ਕਿਉਂਕਿ ਇਸੇ ਦੇ ਅੰਦਰ ਫਿਰ ਅਸੀਂ ਚਾਹੇ ਡੋਰੀ ਪਾ ਸਕਦੇ ਹਾਂ ਚਾਹੇ ਅਸੀਂ ਇਲਾਸਟਿਕ ਪਾਓ ਇਸੇ ਦੇ ਅੰਦਰ ਅਸੀਂ ਸੂਈ ਦੇ ਨਾਲ ਕਿਸੇ ਨਾਲ ਵੀ ਤੁਸੀਂ ヘア ਪਿੰਨ ਦੇ ਨਾਲ ਇਸ ਦੇ ਇਹਦੇ ਵਿੱਚੋਂ ਪਾ ਸਕਦੇ ਹੋ ਡੋਰੀ ਜਾਂ ਇਲਾਸਟਿਕ ਜੋ ਵੀ ਇਹ ਇਸ ਇਸ ਪਰਪਸ ਲਈ ਇਹ ਬਣਾਇਆ ਜਾ ਰਿਹਾ ਪੋਰਸ਼ਨ ਤੇ ਦੋਨਾਂ ਪਾਸਿਆਂ ਤੋਂ ਇਹ ਸੇਮ ਪ੍ਰੋਸੈਸ ਐਵੇਂ ਰਹੇਗਾ ਸੀਨ ਲਗਾਵਾਂਗੇ ਸਾਈਡ ਤੋਂ ਚਾਹੇ ਇੱਥੇ ਤੁਸੀਂ ਡੋਰੀ ਪਾ ਲਓ ਜੋ ਤੁਹਾਨੂੰ ਸਹੀ ਲੱਗੇ ਅਸੀਂ ਫਿਲਹਾਲ ਜੋ ਹੈ ਇਹ 마ਸਕ ਜਿਹੜਾ ਬਣਾ ਰਹੇ ਹਾਂ ਇਸ ਦੇ ਵਿੱਚ ਇਸੇ ਕਪੜੇ ਦੇ ਨਾਲ ਦੀ ਡੋਰੀ ਬਣਾਈ ਹੈ ਅਸੀਂ ਉਹ ਪਹਿਲਾਂ ਤੋਂ ਬਣਾ ਕੇ ਰੱਖੀ ਹੋਈ ਹੈ ਜੋ ਅਸੀਂ ਇਸ ਦੇ ਵਿੱਚ ਪਾਣੀ ਹੈ ਬਹੁਤ ਹੀ ਵਧੀਆ ਔਰ ਆਮ ਤੌਰ ਤੇ ਸਾਡੇ ਘਰਾਂ ਦੇ ਵਿੱਚ ਕੋਈ ਨਾ ਕੋਈ ਕਾਟਨ ਦਾ ਕਪੜਾ ਐਸਾ ਆ ਜ਼ਰੂਰ ਪਿਆ ਹੁੰਦਾ ਹੈ ਜਿਸ ਨੂੰ ਤੁਸੀਂ ਹੁਣ ਇਸ ਟਾਈਮ ਤੇ ਯੂਜ਼ ਕਰ ਸਕਦੇ ਹੋ ਡਬਲ ਲੇਅਰ ਬਣਾਣੀ ਹੈ ਯਾਦ ਰੱਖਣਾ ਸਿੰਗਲ ਕੱਟ ਨਹੀਂ ਕਰਨਾ ਹੈ ਕਪੜਾ ਅਸੀਂ ਜਿਹੜਾ ਚੌਰਸ ਕਪੜਾ ਸ਼ੁਰੂ ਚ ਕੱਟਦੇ ਆ ਉਹ ਡਬਲ ਕੱਟਣਾ ਹੈ ਇਹ ਦੂਸਰੀ ਸਾਈਡ ਤੋਂ ਹੁਣ ਅਸੀਂ ਸੀਨ ਲਗਾ ਰਹੇ ਆ ਔਰ ਇਸ ਨੂੰ ਬੰਦ ਕਰਤਾ ਦੂਸਰੀ ਸਾਈਡ ਦਾ ਵੀ ਬਹੁਤ ਹੀ ਵਧੀਆ ਲੱਗਦੇ ਨੇ ਜਦੋਂ ਖੁਸ਼ੀ ਬਹੁਤ ਹੁੰਦੀ ਹੈ ਜਦ ਆਪਾਂ ਖੁਦ ਘਰ ਦੇ ਵਿੱਚ ਚੀਜ਼ ਤਿਆਰ ਕਰਕੇ ਯੂਜ਼ ਕਰੀਏ ਹੀ ਤੁਸੀਂ ਬਾਜ਼ਾਰ ਦੇ ਵਿੱਚ ਲੈ ਜਾਓ ਕਿੰਨੇ ਮਹਿੰਗੇ ਮਿਲਦੇ ਆ ਔਰ ਸਟੱਫ ਵੀ ਸਾਨੂੰ ਪਸੰਦ ਨਹੀਂ ਆਂਦਾ ਔਰ ਘਰ ਦੇ ਵਿੱਚ ਜੋ ਲੇਡੀਜ਼ ਆ ਨਾਰਮਲੀ ਜੇ ਤੁਸੀਂ ਕਾਟਨ ਦਾ ਸੂਟ ਸੀਰੇ ਹੋ ਤਾਂ ਉਸੇ ਵਿੱਚੋਂ ਕਪੜਾ ਕੱਢ ਕੇ ਸੇਮ ਆਪਣੇ ਸੂਟ ਦੇ ਨਾਲ ਮੈਚਿੰਗ ਵੀ ਮਾਸਕ ਬਣਾ ਸਕਦੇ ਹੋ ਇਸ ਨੂੰ ਦੇਖੋ ਇਹ ਬਣ ਚੁੱਕੀ ਆ ਇਹ ਸਾਈਡ ਤੋਂ ਮੈਂ ਡੋਰੀ ਪਾ ਦਿੱਤੀ ਸੀ ਤੁਸੀਂ ਇਸ ਜਿੱਥਾਂ ਤੇ ਇਲਾਸਟਿਕ ਵੀ ਪਾ ਸਕਦੇ ਹੋ ਔਰ ਇਸ ਨੂੰ ਆਈ ਮੀ ਟਾਈਟ ਕਰਕੇ ਜਦੋਂ ਬਾਜ਼ਾਰ ਜਾਓ ਜਿਵੇਂ ਤੁਹਾਨੂੰ ਈਜ਼ੀ ਲੱਗੇ ਉਵੇਂ ਪਾਓ ਕੰਫਰਟੇਬਲ ਬਹੁਤ ਜ਼ਿਆਦਾ ਹੋਏਗਾ ਬਾਜ਼ਾਰ ਦੇ ਮਾਸਕ ਨਾਲੋਂ ਤਾਂ 100 ਗੁਣਾ ਬਿਹਤਰ ਹੈ ਇਹ ਰਹਿੰਦਾ ਘਰ ਦੇ ਵਿੱਚ ਬਣਿਆ ਕਾਟਨ ਦਾ ਮਾਸਕ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੈ ਤਾਂ ਕਮੈਂਟ ਕਰਕੇ ਜ਼ਰੂਰ ਦੱਸਣਾ ਲਾਈਕ ਵੀ ਕਰਨਾ ਅਤੇ YouTube ਚੈਨਲ ਹਰਜੋਤ ਕੋ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਦੀ ਨਾਲ ਜੋ ਸਾਈਡ ਤੇ ਬੈਲ ਆਈਕਨ ਹੈ ਇਸ ਨੂੰ ਵੀ ਜ਼ਰੂਰ ਦਬਾ ਦਿਓ